ਸਰਕਾਰ ਨੇ ਮੌਜੂਦਾ ਵਿੱਤੀ ਸਾਲ 'ਚ ਇਸ ਸਕੀਮ ਤਹਿਤ 40 ਕਰੋੜ ਦਾ ਬਜਟ ਰੱਖਿਆ ਹੈ। ਇਸ ਸਕੀਮ ਦੇ ਤਹਿਤ 13 ਰੇਲ ਗੱਡੀਆਂ ਧਾਰਮਿਕ ਸਥਾਨਾਂ ਲਈ ਭੇਜੀਆਂ ਜਾਣਗੀਆਂ। ਹਲਕਾ ਵਿਧਾਇਕਾਂ ਦੇ ਵੱਲੋਂ ਯਾਤਰੀਆਂ ਦੀ ਸੂਚੀ ਤਿਆਰ ਕੀਤੀ ਜਾਊਗੀ। 28 ਤੇ 29 ਨਵੰਬਰ ਨੂੰ ਪੰਜਾਬ ਵਿਧਾਨ ਸਭਾ ਦੇ ਸਰਦ ਰੁੱਤ اجلاس ਤੋਂ ਪਹਿਲਾਂ ਹੀ ਪੰਜਾਬ ਸਰਕਾਰ ਇੱਕ ਨਵੀਂ ਯੋਜਨਾ ਸ਼ੁਰੂ ਕਰ ਦੇਵੇਗੀ। ਪਿਛਲੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਨੇ ਤੀਰਥ ਯਾਤਰਾ ਸਕੀਮ ਦਾ ਐਲਾਨ ਕੀਤਾ ਸੀ ਤੇ ਇਸ ਨੂੰ ਸਰਕਾਰ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਹਾੜੇ ਮੌਕੇ 27 ਨਵੰਬਰ ਤੋਂ ਸ਼ੁਰੂ ਕਰਨ ਜਾ ਰਹੀ ਹੈ। ਹੇ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਯਾਤਰੀਆਂ ਦਾ ਪਹਿਲਾ ਜਥਾ ਤੱਕ ਸ੍ਰੀ ਹਜ਼ੂਰ ਸਾਹਿਬ ਪੇ ਜਾ ਜਾਏਗਾ 7 ਨਵੰਬਰ ਨੂੰ ਸੀਐਮ ਭਗਵੰਤ ਮਾਨ ਹਰੀਚੰਡੀ ਦਿਖਾ ਕੇ ਰੇਲ ਗੱਡੀ ਨੂੰ ਰਵਾਨਾ ਕਰਨਗੇ ਅੰਮ੍ਰਿਤਸਰ ਤੋਂ ਇਹ ਰੇਲ ਗੱਡੀ ਨੰਦੇੜ ਸਾਹਿਬ ਲਈ ਜਾਵੇਗੀ ਇਸ ਦਾ ਰੂਟ ਵਾਇਆ ਤੂਰੀ ਕਿਤੇ ਜਾਂਦੀ ਵਿਉਂਤ ਬਣਾਈ ਜਾ ਰਹੀ ਹੈ ਸਰਕਾਰ ਨੇ ਮੌਜੂਦਾ ਵਿੱਤੀ ਸਾਲ ਚ ਇਸ ਸਕੀਮ ਤਹਿਤ 40 ਕਰੋੜ ਦਾ ਬਜਟ ਰੱਖਿਆ ਹੈ ਇਸ ਸਕੀਮ ਦੇ ਤਹਿਤ 13 ਰੇਲ ਗੱਡੀਆਂ ਧਾਰਮਿਕ ਸਥਾਨਾਂ ਲਈ ਭੇਜੀਆਂ ਜਾਣਗੀਆਂ ਤੇ ਹਰ ਗੱਡੀ 'ਚ 1000 ਯਾਤਰੀ ਦਰਸ਼ਨਾ ਵਾਸਤੇ ਜਾਣਗੇ। ਪ੍ਰਤੀ ਯਾਤਰੀ 3200 ਰੁਪਏ ਪ੍ਰਤੀ ਦਿਨ ਦਾ ਖਰਚਾ ਕੀਤਾ ਜਾਵੇਗਾ ਤੇ ਇੱਕ ਰੇਲ ਗੱਡੀ ਦਾ ਸਮੁੱਚਾ ਖਰਚਾ 2 ਕਰੋੜ ਰੁਪਏ ਹੋਵੇਗਾ। ਸਰਕਾਰ ਨੇ ਇੰਡੀਅਨ ਰੇਲਵੇ ਕੇਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਦੇ ਨਾਲ ਸਮਝੌਤਾ ਹਸਤਾਖਰ ਕੀਤਾ ਹੈ। ਇਹਦੇ ਤਹਿਤ ਯਾਤਰੀਆਂ ਦੇ ਰਹਿਣ ਸਣ ਤੇ ਸਥਾਨਿਕ ਟਰਾਂਸਪੋਰਟ ਦੇ ਪ੍ਰਬੰਧ ਤੋਂ ਇਲਾਵਾ ਤਿੰਨ ਵਕਤ ਦਾ ਖਾਣਾ ਵੀ ਯਾਤਰੀਆਂ ਨੂੰ ਦਿੱਤਾ ਜਾਊਗਾ। ਹਰ 8ਵੇਂ ਦਿਨ ਰੇਲ ਗੱਡੀ ਧਾਰਮਿਕ ਸਥਾਨ ਲਈ ਰਵਾਨਾ ਕੀਤੀ ਜਾਊਗੀ। ਕਾ ਵਿਧਾਇਕਾਂ ਦੇ ਵੱਲੋਂ ਯਾਤਰੀਆਂ ਦੀ ਸੂਚੀ ਤਿਆਰ ਕੀਤੀ ਜਾਊਗੀ ਤੇ ਉਹਨਾਂ ਯਾਤਰੀਆਂ ਦੀ ਹੀ شناخت ਕੀਤੀ ਜਾਊਗੀ ਜਿਹੜੇ ਆਰਥਿਕ ਤੌਰ ਤੇ ਕਮਜ਼ੋਰ ਹੋਣਗੇ ਜਿਨ੍ਹਾਂ ਨੂੰ ਕਦੇ ਪਿੰਡੋਂ ਬਾਹਰ ਦੀ ਜ਼ਿੰਦਗੀ ਦੇਖਣ ਦਾ ਮੌਕਾ ਹੀ ਨਹੀਂ ਮਿਲਿਆ ਤੇ ਇਹ ਸੱਚਮੁੱਚ ਬਹੁਤ ਹੀ ਚੰਗੀ ਮਦ ਹੈ ਸਰਕਾਰ ਦੀ ਬਹੁਤ ਹੀ ਸ਼ਲਾਘਾਯੋਗ ਸਕੀਮ ਹੈ ਕਿ ਉਹਨਾਂ ਲੋਕਾਂ ਨੂੰ ਮੌਕਾ ਦਿੱਤਾ ਜਾਊਗਾ ਜਿਹੜੇ ਸਿਰਫ ਆਪਣੇ ਘਰ ਤੇ ਆਪਣੇ ਇਲਾਕੇ ਤੱਕ ਹੀ ਸੀਮਤ ਨੇ ਯਾਤਰਾ ਦੇ ਲਈ ਨੰਨਦੇੜ ਸਾਹਿਬ ਪਟਨਾ ਸਾਹਿਬ ਵਾਰਾਂਸੀ ਮथुरा ਬਰਿੰਦావਨ ਅਯੁੱਧਿਆ ਤੇ ਅਜਮੇਰ ਰਾਜਸਥਾਨਾਂ ਦੀ ਯਾਤਰਾ ਕਰਵਾਈ ਜਾਊਗੀ ਯਾਨੀ ਕਿ ਹਰ ਧਰਮ ਦੇ ਧਰਮ ਸਥਾਨਾਂ ਤੇ ਯਾਤਰਾ ਕਰਵਾਉਣ ਦੇ ਲਈ ਗੱਡੀਆਂ ਜਾਣਗੀਆਂ ਹਰੇਕ ਰੇਲਗੱਡੀ ਨਾਲ ਅਧਿਕਾਰੀਆਂ ਤੋਂ ਇਲਾਵਾ ਮੈਡੀਕਲ ਟੀਮ ਜਾਊਗੀ ਹਰ ਯਾਤਰੀ ਦਾ 10 ਲੱਖ ਦਾ ਬੀਮਾ ਹੋਊਗਾ ਰੋਜ਼ਾਨਾ 4 ਬੱਸਾਂ ਧਾਰਮਿਕ ਸਥਾਨਾਂ ਲਈ ਭੇਜੀਆਂ ਜਾਣਗੀਆਂ ਬੱਸਾਂ ਪੰਜਾਬ ਵਿੱਚਲੇ ਧਾਰਮਿਕ ਸਥਾਨਾਂ ਤੋਂ ਇਲਾਵਾ ਸਾਲਾ ਸਰਵੈਸ਼ਣੂ ਦੇਵੀ ਨੈਣਾ ਦੇਵੀ ਮਾਤਾ ਜਵਾਲਾ ਜੀ ਦੇ ਦਰਸ਼ਨਾਂ ਲਈ ਜਾਣਗੀਆਂ ਯਾਨੀ ਕਿ ਤੀਰਥ ਯਾਤਰਾ ਸਕੀਮ ਤਹਿਤ ਦੂਰ ਦਰਾਡੇ ਵਾਲੇ ਜਿਹੜੇ ਸਥਾਨ ਨੇ ਉੱਥੇ ਰੇਲਗੱਡੀਆਂ ਜਾਣਗੀਆਂ ਤੇ ਪੰਜਾਬ ਸਮੇਤ ਆਲੇ-ਦੁਆਲੇ ਦੇ ਜਿਹੜੇ ਧਾਰਮਿਕ ਸਥਾਨ ਨੇ ਉੱਥੇ ਬਸਾਂ ਵੀ ਜਾਣਗੀਆਂ ਵਿਧਾਇਕਾਂ ਦੀ ਸਿਫਾਰਿਸ਼ ਤੇ ਹਰ ਹਲਕੇ ਨੂੰ ਬਸ ਦਿੱਤੀ ਜਾਊਗੀ ਸਰਕਾਰ ਨੇ ਯਾਤਰਾ ਦੀ ਰੂਪਰੇਖਾ ਲਈ ਕੈਬਨਿਟ ਸਬਕਮੇਟੀ ਦਾ ਗਠਨ ਕਰ ਦਿੱਤਾ ਜਿਦੇ ਵਿੱਚ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਲਾਲਜੀਤ ਸਿੰਘ ਭੁੱਲਰ ਤੇ ਅਮਨ ਅਰੋੜਾ ਸ਼ਾਮਲ ਨੇ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਇਸ ਸਕੀਮ ਦਾ ਲਾਭ ਲੈਣ ਦੇ ਇੱਛੁਕ ਯਾਤਰੀਆਂ ਦੇ ਲਈ ਉਮਰ ਹੱਦ ਕੋਈ ਨਹੀਂ ਹੋਵੇਗੀ ਹਾਲਾਂਕਿ ਆਕਾਲੀ ਭਾਜਪਾ ਸਰਕਾਰ ਨੇ ਜਦੋਂ ਇਹ ਸਕੀਮ ਸ਼ੁਰੂ ਕੀਤੀ ਸੀ ਉਦੋਂ 60 ਸਾਲ ਦੀ ਉਮਰ ਹੱਦ ਰੱਖੀ ਗਈ ਸੀ ਉਸ ਵੇਲੇ ਇੱਕ ਆਰੰਡ ਰੇਲ ਗੱਡੀ ਦਾ ਹੀ ਪ੍ਰਬੰਧ ਸਰਕਾਰ ਨੇ ਕੀਤਾ ਸੀ ਜਦਕਿ ਮੌਜੂਦਾ ਸਰਕਾਰ ਨੇ ਮਾਨ ਸਰਕਾਰ ਨੇ ਏਸੀ ਰੇਲ ਗੱਡੀ ਦਾ ਪ੍ਰਬੰਧ ਕੀਤਾ ਹੈ ਅਕਾਲੀ ਸਰਕਾਰ ਵੇਲੇ ਪ੍ਰਤੀ ਯਾਤਰੀ ਹਰ ਦਿਨ ਦਾ 1855 ਰੁਪਏ ਖਰਚਾ ਆਉਂਦਾ ਸੀ ਤੇ ਹੁਣ ਪ੍ਰਤੀ ਯਾਤਰੀ ਇਹ ਖਰਚਾ 3200 ਰੁਪਏ ਆਵੇਗਾ